ਜੋ ਕਿੰਨੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਨੇ, ਪਰ ਮੌਸਮ ਕਿਤੇ ਚੱਲਿਆ ਜੀ। ਆਪਣੀਆਂ ਫੌਜਾਂ ਅਤੇ ਫੋਟੋਆਂ ਖਿਚਾਉਂਦੀਆਂ ਹੋਈਆਂ, ਫੋਟੋਆਂ ਵੋਟੂਆਂ ਕੱਟ ਕੇ ਜਾਓ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਚੱਲੇ ਵਾਹੋ ਹੱਲੇ ਨਾਲ ਜੀ ਦਵੀਰ ਸਿੰਘ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਆਪਾਂ ਲੱਗੇ ਚਾਲੇ ਪਾਣ, ਅੱਜ ਗੁਰਸਿੱਖਾਂ ਮਨੇ ਵਧਾਈਆਂ ਜਿਨ ਮੈਂ ਸਤਿਗੁਰ ਬਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲਹਿ, ਗੁਰਸਿੱਖ ਮਨ ਮਿਠਾ ਹਰ ਦਰ ਕੇ ਗੁਰਸਿੱਖ ਪਹਿਨਾਈਏ, ਜਿਨਾਂ ਮੇਰਾ ਸਤਿਗੁਰ ਤੁਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਗੋਬਿੰਦ ਧਾਮ ਤੋਂ ਚਾਲੇ ਪਾਉਣ ਲੱਗੇ ਹਾਂ ਜੀ, ਗੁਰਦੁਆਰਾ ਗੋਬਿੰਦ ਘਾਟ ਤੱਕ, ਅਤੇ ਉੱਥੇ ਆਪਣੀ ਜਿਹੜੀ ਹੈ ਲਾਡੋ ਰਾਣੀ ਵੀ ਖੜੀ ਹੈ, ਵਿਚਾਰੀ ਨੂੰ 4 ਦਿਨ ਹੋ ਗਏ ਆਪਾਂ ਮਿਲੇ ਨਹੀਂ, ਹੈ ਨਾ। ਅਤੇ ਹੁਣ ਆਪਾਂ ਚਾਲੇ ਪਾਉਣ ਲੱਗੇ ਹਾਂ, ਗੱਪੇ ਪਾਣੀ ਲਾ ਲਿਆ, ਦਰਸ਼ਨ ਮੇਲੇ ਮਹਾਰਾਜ ਕੇ ਕਰ ਲਏ ਆ, ਅਤੇ ਫੌਜਾਂ ਦੇ ਨਾਲ ਜਿਹੜਾ ਆਪਾਂ ਰੁਕੇ ਸੀਗੇ, ਦਿੱਲੀ ਦੀ ਫੌਜ, ਹੈਦਰਾਬਾਦ ਦੀ ਫੌਜ ਅਤੇ ਉੱਤਰਾਖੰਡ ਦੀ ਫੌਜ, ਹੈ ਨਾ, ਸਾਰੀ ਫੌਜ ਜਿਹੜੀ ਸਾਡੇ ਨਾਲ ਰੁਕੀ ਹੋਈ ਸੀ ਰਾਤੀ। ਅਤੇ ਬੜਾ ਆਨੰਦ, ਮੈਂ ਕਹਿੰਦਾ ਨਜ਼ਾਰੇ ਪੂਰੇ ਆਪਣੇ ਨਾਲ ਆਏ, ਅਤੇ ਹੇਮਕੁੰਡ ਸਾਹਿਬ ਜਿਹੜੇ ਪਰਬਤ 'ਤੇ ਦਰਸ਼ਨ ਵੀ ਆਪਾਂ ਸਾਰਿਆਂ ਨੇ ਇਕੱਠੇ ਕੀਤੇ, ਰਗੜੇ ਪਾਣੀ ਪਾਏ ਮਹਾਰਾਜ ਨੂੰ, ਅਰਦਾਸਾਂ ਬੇਨਤੀਆਂ ਕੀਤੀਆਂ, ਅਤੇ ਮਹਾਰਾਜ ਦੀ ਕਿਰਪਾ ਸਦਕਾ ਅੱਜ ਹੁਣ ਆਪਾਂ ਗੋਬਿੰਦ ਧਾਮ ਤੋਂ ਚਾਲੇ ਪਾਉਣ ਲੱਗੇ ਹਾਂ ਸ੍ਰੀ ਗੋਬਿੰਦ ਘਾਟ ਤੱਕ, ਅਤੇ ਚੱਲਦੇ ਹਾਂ ਤੁਹਾਨੂੰ ਫਿਰ ਆਪਾਂ ਹੁਣ ਥੱਲੇ ਦਾ ਪੈਂਡਾ ਜਿਹੜਾ ਉਹ ਕਰਾਉਂਦੇ ਹਾਂ ਜੀ। ਆ ਜਾਓ, ਹਾਂਜੀ ਬਾਬਾ ਜੀ ਤਿਆਰ ਬਤਿਆਰ, ਚਲੀਏ ਜੀ, ਹਾਂਜੀ ਬਾਬਾ ਜੀ ਕਰ ਲਏ ਦਰਸ਼ਨ ਮੇਲੇ, ਚਲੋ ਚੱਲਦੇ ਹਾਂ ਜੀ, ਆ ਜਾਓ ਚਲੀਏ ਜੀ ਥੱਲੇ ਨੂੰ ਆਪਾਂ ਹੁਣ। ਇਹ ਡਾਕਟਰ ਸਾਹਿਬ ਬੈਠੇ ਆ ਇੱਥੇ ਦਵਾਈਆਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਗੋਬਿੰਦ ਧਾਮ ਤੋਂ ਆਪਾਂ ਰਵਾਨਗੀ ਪਾਉਣ ਲੱਗੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਚੜ੍ਹਦੀ ਕਲਾ ਬਾਬਾ ਜੀ, ਚੜ੍ਹਦੀ ਕਲਾ ਜੀ ਕਾਲ। ਅਤੇ ਬਾਈ 6:22 ਹੋ ਗਏ ਆ, ਅਤੇ ਅਸੀਂ ਗੋਬਿੰਦ ਧਾਮ ਤੋਂ ਚਾਲੇ ਪਾ ਲਏ ਆ ਗੋਬਿੰਦ ਘਾਟ ਵਾਸਤੇ, ਅਤੇ ਨਾਲ ਜਿਹੜੇ ਬਾਈ ਹੁਣ ਆਪਣੇ ਸੀਗੇ ਉਹਨਾਂ ਦੇ ਨਾਲ ਹੀ ਆਪਾਂ ਥੱਲੇ ਜਾ ਰਹੇ ਹਾਂ। ਬਾਕੀ ਜਿਹੜੀ ਬਾਕੀ ਫੌਜਾਂ ਸੀਗੀਆਂ ਜਿਨ੍ਹਾਂ ਦੇ ਨਾਲ ਆਪਾਂ ਰਾਤੀ ਰੁਕੇ ਸੀਗੇ, ਉਹ ਸਾਰੇ ਹਾਲੇ ਕਮਰੇ 'ਚ ਹੀ ਹੈ, ਉਹਨਾਂ ਨੇ ਆਉਣਾ ਥੋੜ੍ਹਾ ਲੇਟ ਆਉਣਗੇ ਕਿਉਂਕਿ ਥੱਕੇ ਹੋਏ ਨੇ ਉਹ ਜ਼ਿਆਦਾ, ਅਤੇ ਅਸੀਂ ਦਿੱਲੀ ਨੂੰ ਵੀ ਚਾਲੇ ਪਾਉਣੇ ਤਾਂ ਕਰਕੇ ਆਪਾਂ ਹੱਲੇ ਨਾਲ ਹੀ ਥੱਲੇ ਉਤਰ ਰਹੇ ਹਾਂ। ਅਤੇ ਤੁਹਾਨੂੰ ਹੁਣ ਆਪਾਂ ਚੱਲਦੇ ਚੱਲਦੇ ਸਾਰੇ ਦਰਸ਼ਨ ਮੇਲੇ ਕਰਾਉਂਦੇ ਹਾਂ ਬਈ। ਅਸੀਂ ਹਲੇ 200 ਮੀਟਰ 'ਤੇ ਉਤਰੇ ਹਾਂ, ਅਤੇ ਸਾਡੇ ਸੋਨੂ ਭਾਅ ਜੀ ਨੂੰ ਲੱਗ ਗਈ ਹੈ ਗਰਮੀ, ਅਤੇ ਇਹਨਾਂ ਨੇ ਲਾਤੀ ਹੈ ਹੁਣ ਜੈਕਟ। ਬਹੁਤ ਗਰਮੀ ਆ, ਬਹੁਤ ਗਰਮੀ ਆ, ਅਤੇ ਇੱਥੇ ਸਾਡੇ ਇੱਕ ਨਾਲ ਭਾਅ ਜੀ ਹੋਰ ਉਤਰ ਰਹੇ ਆ, ਉਹਨਾਂ ਨੇ ਵੀ ਲਾ ਲਈ ਹੈ ਜੈਕਟਾਂ, ਗਰਮੀ ਲੱਗਣ ਲੱਗ ਗਈ ਸਾਰਿਆਂ ਨੂੰ। ਹਾਂ ਵਧੀਆ ਮੌਸਮ ਠੰਡਾ, ਪਰ ਚੜ੍ਹਾਈ ਉਤਰਦੇ ਇਹ ਲੱਗ ਜਾਂਦੀ ਹੈ ਨਾ, ਸਰਦ ਗਰਮ ਹੋ ਜਾਣਾ। ਹਾਂ ਠੀਕ ਗੱਲ ਹੈ ਭਾਅ ਜੀ, ਠੀਕ ਗੱਲ ਹੈ। ਚਲੋ ਹੈਲੀਪੈਡ ਵੀ ਆ ਗਿਆ, ਦੇਖੋ ਕਿੰਨੀ ਨੇੜੇ ਆ ਗਿਆ ਹੈਲੀਪੈਡ, ਹੈਲੀਕਾਪਟਰ 'ਤੇ ਹਾਲੇ ਬੈਠਾ ਨਹੀਂ। ਵਾਹਿਗੁਰੂ ਜੀ ਮਹਾਰਾਜ। ਹਾਂ ਦੇਖੋ ਜੀ ਕਿੰਨਾ ਛੋਟਾ ਬੱਚਾ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆ ਰਿਹਾ। ਦਰਸ਼ਨ ਕਰ ਲਏ ਨਹੀਂ ਕਿਤੇ, ਕਰ ਲਏ ਦਰਸ਼ਨ, ਕਰੇ ਸਾਰੇ ਕਰੇ ਦਰਸ਼ਨ। ਵਾਹ ਜੀ ਵਾਹ, ਹੈਲੋ ਹੈਲੋ, ਕਰਕੇ ਆ ਗਏ, ਬਹੁਤ ਵਧੀਆ ਦਰਸ਼ਨ ਹੋ ਗਏ। ਚਲ ਵਧੀਆ ਜੀ,
ਕਿੰਨੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਏ ਆ ਹੇਮਕੁੰਟ ਸਾਹਿਬ ਪਰਬਤ ਦੇ ਕਾਂਡੀ ਵਿੱਚ ਆਏ ਆ। ਕਿੰਨੇ ਕਿਊਟ ਲੱਗਦੇ ਛੋਟੇ ਛੋਟੇ ਬੱਚੇ, ਪਰ ਮਹਾਰਾਜ ਨੇ ਇਹਨਾਂ ਨੂੰ ਦੇਖੋ ਇੰਨੀ ਛੋਟੀ ਜਿਹੀ ਉਮਰ ਵਿੱਚ ਦਰਸ਼ਨ ਬਖਸ਼ਤੇ, ਨਹੀਂ ਤਾਂ ਇੰਨੀ ਇੰਨੀ ਉਮਰਾਂ ਹੋ ਜਾਂਦੀਆਂ ਨੇ ਸੰਗਤਾਂ ਦਰਸ਼ਨ ਨਹੀਂ ਕਰ ਪਾਉਂਦੀਆਂ ਹੈ ਨਾ। ਕਿਰਪਾ ਕਰਨ ਮਹਾਰਾਜ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਣ। ਆ ਜਾਓ, ਘੋੜਿਆਂ ਨੇ ਬੜਾ ਪਰੇਸ਼ਾਨ ਕੀਤਾ ਕਿਤੇ। ਇਹ ਸਾਨੂੰ ਬਾਈ ਜੀ ਮਿਲੇ ਹੇਮਕੁੰਟ ਸਾਹਿਬ ਦੀ ਯਾਤਰਾ ਦੇ, ਥੱਲੇ ਜਾ ਰਹੇ ਸੀਗੇ ਅਤੇ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਤੱਕ, ਅਤੇ ਬਾਈ ਹੋਣਾ ਸਾਨੂੰ ਮਿਲੇ ਆ। ਇਹ ਵੀ ਦਰਸ਼ਨ ਮਿਲੇ, ਕੱਲ੍ਹ ਕਰੇ ਆ, ਦਰਸ਼ਨ ਹੋ ਗਏ ਤੁਹਾਡੇ? ਵਧੀਆ, ਚਲੋ ਵਧੀਆ। ਕੱਲ੍ਹ ਬਰਫ ਵਾਹਵਾ ਸੀ, ਕਿੰਨੇ ਵਜੇ ਉਤਰੇ ਥੱਲੇ? ਚਾਰ ਵਜੇ ਤੱਕ ਫੌਜਾਂ ਉਤਰ ਗਈਆਂ ਸਾਰੀਆਂ, ਅਤੇ ਇਹ ਜਲੰਧਰ ਦੀਆਂ ਫੌਜਾਂ ਨਾ, ਪਟਿਆਲੇ ਦੀਆਂ ਫੌਜਾਂ ਨੇ ਸਾਰੀਆਂ, ਅਤੇ ਵਲੋਗ ਵਲੂਗ ਦੇਖਦੀਆਂ ਨੇ, ਅੱਛੇ ਲੱਗਦੇ ਨੇ ਵਧੀਆ। ਔਰ ਸਾਨੂੰ ਵੀ ਖੁਸ਼ੀ ਹੋਈ ਹੇਮਕੁੰਟ ਸਾਹਿਬ ਦੀ ਯਾਤਰਾ 'ਚ ਸਾਡੇ ਬਾਈ ਹੋਣਾ ਮਿਲੇ, ਬਾਈ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਹਾਂਜੀ, ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਓਕੇ, ਆ ਜਾਓ ਚੱਲਦੇ ਹਾਂ ਜੀ। ਪਟਿਆਲੇ ਦੀਆਂ ਫੌਜਾਂ, ਚਲੋ ਵੀ ਚਲੋ ਹੱਲੇ ਨਾਲ ਉਹ ਬਾਈ ਹੋਣਾ ਰਹਿ ਗਏ ਥੱਲੇ, ਚਲੇ ਗਏ, ਜਾਂਦੇ ਵੀ ਉਡਾਉਂਦੇ ਲੈ ਕੇ ਆਇਓ, ਆਉਂਦੇ ਵੀ ਉਡਾਉਂਦੇ ਲੈ ਆਇਓ। ਅੱਛਾ, ਔਰ ਉੱਪਰ ਤੇ ਬਸ ਪੈਰਾਂ ਤੇ ਲੱਗੀ ਗਈ, ਫਿਰ ਘਰ ਚਲੀ ਗਈ, ਚੰਨੀ ਕਰਦਾ ਮਸਲੇ ਹਾਲ ਹੈ ਨਾ। ਹੁਣ ਬਾਜੀ, ਹੁਣ ਸਾਡੇ ਸੋਨੂੰ ਭਾਜੀ ਖਾ ਰਹੇ ਫਰੂਟ ਚਾਟ, ਕਹਿੰਦੇ ਕੋਈ ਐਨਰਜੀ ਵਾਲੀ ਚੀਜ਼ਾਂ ਖਾ ਲਈਏ ਵਧੀਆ, ਹੈ ਪਰੌਂਠੇ ਪਰੌਂਠੇ ਤੇ ਬੜੇ ਲਪੇਟ ਲਏ ਦੋ ਦਿਨ ਤੋਂ, ਜਿਹੜੀ ਰੋਟੀ ਖਾਧੀ ਹੋਟਲ ਤੇ ਮੇਰੇ ਪਿੱਛੋਂ ਆਪਣੇ ਕੋਲ ਤੇ ਮਜ਼ਾ ਆ ਗਈ, 80 ਰੁਪਏ ਦੀ ਮਜ਼ਾ, ਦੇਖ ਲੋ 40-40 ਦੀ ਪੀਂਦੇ ਹਾਂ ਗੋਗੀ ਭਾਜੀ, ਆ 40 ਦੀ ਮਜ਼ਾ ਪੀਂਦੇ ਹਾਂ ਅਸੀਂ, ਇੱਥੇ ਦੇਖ ਲੋ 80 ਰੁਪਏ ਦੀ, ਵਧੀਆ ਵਧੀਆ ਫਰੂਟ ਪਵਾਇਓ। ਹਾਂਜੀ, ਸੰਗਤਾਂ ਜਿਹੜੀਆਂ ਨੇ ਹੁਣ ਥੋੜੀ ਆਰਾਮ ਕਰ ਰਹੀਆਂ ਨੇ ਭਾਜੀ, ਲਿਵ ਲੱਗੀ ਹੋਈ ਹੈ ਭਾਜੀ ਦੀ। ਹਾਂਜੀ, ਡਰੈਗਨ ਫਰੂਟ ਹਾਂ ਪਵਾ ਲੈ ਪਵਾ ਲੈ ਲਿਆ। ਓਏ ਇੱਧਰ ਚੱਲ, ਪੈਪਸੀ ਪੀਣੀ ਆ, ਉਹਨੇ ਪੈਪਸੀ ਪੀਣੀ, ਅੰਦਰ ਜਾਣ ਲਗਾਈ ਹੋਣੀ, ਸਪਰਾਈਟ ਦੇ ਉਹਦੇ ਉੱਪਰ ਪਈ ਹੈ, ਚੱਕ ਲੈ ਲਿਆ, ਫਰੂਟ ਚਾਟ ਲਿਆ। ਸ੍ਰੀ ਅਕਾਲ ਪੈਦਲ ਦੀ, ਤੇ ਹੁਣ ਗੱਡੀ 'ਚ ਬਹਿ ਗਏ ਆ, ਗੱਡੀ ਬਾਈ ਹੋਣਾ ਦੇਖੋ ਪਿੱਛੇ, ਤੇ ਗੱਡੀ 'ਚ ਬਹਿ ਗਏ ਆ, ਗੱਡੀ 'ਚ ਹੁਣ ਚੱਲਾਂਗੇ ਪ੍ਰਸ਼ਾਦ ਵਗੈਰਾ ਲੈ ਕੇ, ਬਾਕੀ ਦਾ ਪਲਾਨ ਦੇਖ ਲਾਲ ਲਾਲ ਹੋ ਗਿਆ ਬਹੁਤ ਜ਼ਿਆਦਾ ਹੈ ਨਾ।
ਜਮਾ ਲਾਲੀ ਲਿਆਤੀ ਮੈਂ ਕਹਿਣਾ ਬਾਬਾ। ਹਾਂ ਬਾਬਾ ਜੀ ਲੋ ਚੈੱਕ ਕਰੋ ਕਾਲ। ਸੋਹਣਾ ਲੱਗਦਾ। ਚੱਲ 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 ਹਾਂਜੀ ਲੈਂਦੇ ਹਾਂ ਸੀਲਾ ਜੀ ਲੈਂਦੇ ਹਾਂ। ਹਾਂਜੀ ਪੋਜੀਆ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਚੱਲਦੇ ਹਾਂ। ਪਹਿਲੇ ਅੰਦਰ ਬੈਗ ਵਗੈਰਾ ਰੱਖਦੇ ਹਾਂ, ਜਲ ਪਾਣੀ ਪੀਂਦੇ ਹਾਂ, ਗੜ ਤੋੜਦੇ ਹਾਂ ਅਤੇ ਸਾਡੀ ਲਾਡੋ ਕਿਤੇ ਲਾਡੋ 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 ਪਹਿਲੇ ਤੁਹਾਨੂੰ ਲਾਡੋ ਨੂੰ ਮਿਲਵਾਉਂਦੇ ਹਾਂ। ਬਹੁਤ ਮਿਸ ਕੀਤਾ ਆਪਣੀ ਲਾਡੋ ਨੂੰ ਯਾਰ। ਆਹ ਖੜੀ ਆਪਣੀ ਲਾਡੋ ਰਾਣੀ, ਮੇਰੀ ਲਾਡੋ ਰਾਣੀ ਆਹ ਖੜੀ ਹੈ ਜੀ। ਦੇਖੋ ਕਿੰਨੇ ਧੁੱਪ 'ਚ ਖੜੀ ਹੈ ਵਿਚਾਰੀ, ਹੈ ਨਾ। ਆਉਂਦੇ ਹਾਂ ਹੁਣੀ, ਤੈਨੂੰ ਸਾਫ਼ ਊਫ ਕਰਦੇ ਹਾਂ, ਕਪੜਾ ਉਪੜਾ ਮਾਰਦੇ ਹਾਂ। ਤਿਆਰ ਬਰ ਤਿਆਰ ਸਾਡੀ ਲਾਡੋ। ਆਹ ਗੁਰਦੁਆਰਾ ਸਾਹਿਬ ਘਾਟ। ਤੁਹਾਡੀ ਕਿੱਥੇ ਆ, ਤੁਹਾਡੀ ਕਿੱਥੇ ਆ ਬਾਈ ਹੁਣਾਂ ਦੀ ਯਾਰੀ ਗੱਡੀ? ਤੇਰੀ ਕਿੱਥੇ ਆ, ਤੇਰੀ ਯਾਰੀ ਗੱਡੀ? ਹਾਂ ਉਹ ਚਿਪਕਾਤੀ ਪੂਰੀ ਗੱਡੀ ਹੈ ਉਹ ਬਾਈ। ਇੰਨੇ ਐਂਗਲ ਦੇਖੋ ਕਿੰਨਾ ਵੱਡਾ ਬਣਾਇਆ। ਚਲੋ ਜੀ ਹੁਣ ਆਪਣਾ ਹੋ ਰਿਹਾ ਸੈਟਅਪ। ਆ ਰਹੇ ਸਾਰੇ ਬੈਗ ਅਤੇ ਕਈ ਸਮਾਨ ਉਹ ਵਾਲੇ ਬੈਗ 'ਚ ਆ ਭਾਜੀ ਦੇ, ਕਈ ਕਿਤੇ ਕਿਤੇ ਆ। ਹੁਣ ਸਾਰਾ ਸਮਾਨ ਜਿਹੜਾ ਅਸੀਂ ਸਾਰਾ ਆਪਣਾ ਸੈਟਅਪ ਕਰਾਂਗੇ, ਆਪਣਾ ਆਪਣਾ ਸਮਾਨ ਜਿਹੜਾ ਆਪਣੇ ਆਪਣੇ ਬੈਗ 'ਚ ਪਾਵਾਂਗੇ, ਫਿਰ ਪ੍ਰਸ਼ਾਦ ਵਗੈਰਾ ਲਿਆ ਕੇ ਮਹਾਰਾਜ ਕੇ ਦਰਸ਼ਨ ਕਰਕੇ ਚਾਲੇ ਪਾਵਾਂਗੇ ਜੀ। ਅਭੀ ਮੈਂ ਆ ਗਿਆ ਹੁਣ ਗੋਬਿੰਦ ਘਾਟ ਦੀ ਮਾਰਕੀਟ ਵਿੱਚ ਅਤੇ ਇੱਥੇ ਅਸੀਂ ਕੁਝ ਸ਼ੋਪਿੰਗ ਕਰਨੀ ਆ। ਪ੍ਰਤਾਪ ਕੌਰ ਕਹਿ ਰਹੀ ਸੀ ਕੁਝ ਲੈ ਕੇ ਆਉਣਾ ਅਤੇ ਦੇਖਦੇ ਹਾਂ ਆਪਾਂ ਕੀ ਲੈਂਦੇ ਹਾਂ। ਪ੍ਰਤਾਪ ਕੌਰ ਲਈ ਚਸ਼ਮਾ ਦੇਖ ਲਾ ਬਾਈ, ਚਸ਼ਮਾ ਹੈ ਦੇਖ ਲਾ ਵੀਰ, ਬਾਈਕ ਚਲਾਉਣ ਦੇ ਕੋਲ ਚਸ਼ਮਾ ਜੋ ਕਵਰ ਉਹ ਸਾਈਡ ਉਹ ਜਿਹੜਾ ਬੰਦ ਹੁੰਦਾ ਉਹ ਵਾਲਾ ਨਹੀਂ ਆ, ਚੱਕੇ ਦੇਖ ਲੈਂਦੇ ਹਾਂ। ਦੇਖਦੇ ਹਾਂ ਚਸ਼ਮਾ ਮਿਲ ਜਾਏ ਬਾਈ ਨੂੰ, ਚਸ਼ਮਾ ਚਾਹੀਦਾ, ਮੈਂ ਵੀ ਲੈ ਲੂੰਗਾ ਅਗਰ ਮਿਲ ਗਿਆ ਤਾਂ, ਹੈ ਨਾ। ਹਾਂ ਹਾਂਜੀ ਕਿੱਦਾਂ ਆਰਾਮ ਹੋ ਰਿਹਾ? ਗੋਲਕ ਚੱਕ ਲਿਆ ਮੈਂ ਉਹਦੇ ਲਈ, ਮੈਂ ਕਿਹਾ ਪੈਸੇ ਹੋਏ ਜੋੜ ਲਏਗੀ ਕੁਝ। ਚਲੋ ਜੀ ਆ ਗਿਆ ਆਪਣਾ ਪ੍ਰਤਾਪ ਦਾ ਗਿਫਟ, ਹੁਣ ਪਾਉਣਾ ਕਿੱਥੇ ਹੈ ਭਰਾਵਾ ਇੰਨਾ ਵੱਡਾ। ਹੁਣ ਚਾਲੇ ਪੈਣ ਲੱਗੇ ਆ ਜੀ ਗੁਰਦੁਆਰਾ ਗੋਬਿੰਦ ਘਾਟ ਤੋਂ ਅਤੇ ਆਪਣੀ ਲਾਡੋ ਰਾਣੀ ਆਹ ਤਿਆਰ ਹੋ ਗਈ ਹੈ, ਬੈਗ ਵਗੈਰਾ ਬਣ ਲਿਆ ਅਤੇ ਨਾਲ ਮੇਰੇ ਭਾਜੀ ਆਪਣੇ ਆ ਜਾਣਗੇ ਤਾਂ ਸੋਨੂੰ ਭਾਜੀ ਦੇ ਨਾਲ ਹੈਗੇ ਹੈ ਨਾ, ਅਤੇ ਪੂਰੀ ਤਿਆਰੀ ਆਪਣੀ ਦੇਖਦੇ ਹਾਂ ਹੁਣ ਦਿੱਲੀ ਜਾਂਦੇ ਜਾਂਦੇ ਆਪਣੇ ਨੂੰ ਕਿੰਨਾ ਸਮਾਂ ਲੱਗੇਗਾ, ਹੈ ਨਾ। ਅਤੇ ਬਾਕੀ ਦਰਸ਼ਨ ਮਿਲੇ ਆਪ ਜੀ ਨੂੰ ਆਪਾਂ ਜੋਸ਼ੀਮਠ ਗੁਰਦੁਆਰੇ ਸਾਹਿਬ ਦੇ ਕਰਾਉਣੇ ਵਾਲੇ, ਕਿਉਂਕਿ ਆਉਂਦੇ ਹੋਏ ਜਿਹੜੇ ਆ ਉਹ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਵਾਏ ਨਹੀਂ ਆਪਾਂ, ਕਿਉਂਕਿ ਉਹ ਰਸਤਾ ਜਿਹੜਾ ਨਾ ਦੂਜਾ ਪਾਤਾ ਸੀ ਪੁਲਿਸ ਵਾਲਿਆਂ ਨੇ। ਅਤੇ ਆਪਾਂ ਚੱਲਦੇ ਹਾਂ ਹੁਣ ਆਪਣੀ ਯਾਤਰਾ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ। ਅਤੇ ਇੱਥੇ ਸੰਗਤ ਜਿਹੜੀ ਆ ਗੋਬਿੰਦ ਘਾਟ 'ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨੀਆਂ ਮੋਟਰਸਾਈਕਲਾਂ ਜਿਹੜੀਆਂ ਨੇ ਆਪਣੀਆਂ ਸੰਗਤਾਂ ਦੀਆਂ ਆ ਰਹੀਆਂ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਕੋਈ ਯਾਤਰਾ ਕਰ ਚੁੱਕੀ ਹੈ ਕਿਸੇ ਨੇ ਕਰਨੀ ਹਾਲੇ, ਹੈ ਨਾ। ਅਤੇ ਆਪਣੀ ਯਾਤਰਾ ਜਿਹੜੀ ਹੋ ਗਈ ਹੈ ਅਤੇ ਹੁਣ ਚੱਲਦੇ ਹਾਂ, ਚਾਲੇ ਪਾਉਂਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਰਸਤੇ 'ਚ ਆਪਾਂ। ਆਹ ਦੇਖੋ ਜੀ ਕਿੰਨੀਆਂ ਸੰਗਤਾਂ ਜਿਹੜੀਆਂ ਨੇ, ਆਹਾ ਕਿਆ ਬਾਤ ਹੈ, ਨਿਸ਼ਾਨ ਸਾਹਿਬ ਝੂਲਦੇ ਪਏ ਆ, ਖਾਲਸਾ ਪੰਥ ਦੇ ਵਾਹ ਜੀ ਵਾਹ। ਅਤੇ ਆਹ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਹੈ ਅਤੇ ਆਪਾਂ ਹੁਣ ਇੱਥੋਂ ਚਾਲੇ ਪਾਉਣ ਲੱਗੇ ਹਾਂ ਜੀ। ਆਪਣੀ ਲਾਡੋ ਰਾਣੀ ਆਹ ਖੜੀ ਹੈ ਅਤੇ ਬਾਈ ਹੁਣ ਤਿਆਰ ਬ ਤਿਆਰ ਹੋ ਰਹੇ ਆ, ਆਹ ਬਾਈ ਵੀ ਤਿਆਰ ਹੋ ਗਿਆ, ਠੀਕ ਹੈ ਜੀ। ਚਾਲੇ ਪਾਉਂਦੇ ਹਾਂ ਆਪਣੇ, ਮਿਲਦੇ ਹਾਂ ਹੁਣ ਤੁਹਾਨੂੰ ਰਸਤੇ 'ਚ। ਸਤਨਾਮ ਸ਼੍ਰੀ ਵਾਹਿਗੁਰੂ ਪਾਤਸ਼ਾਹ ਜੀ, ਕਰੋ ਕਿਰਪਾ। ਹੁਣ ਇੱਥੋਂ ਨਾ ਇੱਕ ਢਲਾਣ ਆਉਣੀ ਹੈ ਜਿਹੜੀ ਚੜ੍ਹਾਈ ਆਏਗੀ, ਅਸੀਂ ਉੱਤਰਦੇ ਆਰਾਮ ਨਾਲ ਗਏ ਸੀ ਉੱਥੋਂ,
ਪਰ ਉੱਥੇ ਗੱਡੀ ਚਲਾਉਂਦੇ ਹੋਏ ਨਾ ਬੜਾ ਜ਼ੋਰ ਲੱਗਦਾ, ਬੜਾ ਜ਼ੋਰ ਲੱਗਦਾ ਬਾਈਕ ਚੜਾਉਂਦੇ ਹੋਏ। ਤੇ ਬਸ ਮਹਾਰਾਜ ਚੜ੍ਹਾਈ ਦੇਣੀ ਆ, ਆਪਣੀ ਯਾਤਰਾ ਫਿਰ ਸ਼ੁਰੂ ਹੋ ਚੁੱਕੀ ਹੈ ਜੀ ਸਾਡੇ ਸੋਨੂੰ ਭਾਜੀ। ਤੇਰੀ ਫੁੱਲ ਉੱਡਦੇ ਹੋਏ ਤੁਹਾਡੇ ਸੋਨੂੰ ਭਾਜੀ। ਇੱਥੋਂ ਹੈਗਾ ਜੀ ਰਿਸ਼ੀਕੇਸ਼ ਜਿਹੜਾ ਹੈਗਾ 271 ਕਿਲੋਮੀਟਰ ਹੈ। ਮਹਾਰਾਜ ਕਿਰਪਾ ਕਰਨ ਤੇ ਆਪਾਂ ਡਾਇਰੈਕਟ ਰਿਸ਼ੀਕੇਸ਼ ਹੀ ਪਹੁੰਚਾਂਗੇ। 271 ਕਿਲੋਮੀਟਰ ਚਲਾਈ ਲਵਾਂਗੇ ਹੈ ਨਾ, ਤੇ ਇੰਨੀ ਤੇ ਚਲਾਈ ਲਵਾਂਗੇ ਕਿਉਂਕਿ 12 ਵਜੇ ਹਲੇ ਸਾਡੇ ਕੋਲ ਪੂਰਾ ਦਿਨ ਪਿਆ ਹਲੇ ਹੈ ਨਾ ਬਾਈਕ ਚਲਾਉਣ ਵਾਸਤੇ। 271 ਪਹੁੰਚ ਗਏ ਅਸੀਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੋਸ਼ੀਮਠ। ਅੱਜ ਜੋਸ਼ੀਮਠ ਦਾ ਗੁਰਦੁਆਰਾ ਸਾਹਿਬ ਹੈ, ਚੱਲਦੇ ਹਾਂ ਆਪ ਜੀ ਦਰਸ਼ਨ ਕਰਾਉਂਦੇ ਹਾਂ। ਆਪਾਂ ਲੱਡੂ ਰਾਣੀ ਬਾਹਰ ਹੀ ਖੜੀ ਕਰਤੀ ਆ, ਆਹ ਟਰੱਕ ਜਿਹਾ ਖੜਾ ਇੱਥੇ ਵਿੱਚ, ਨਹੀਂ ਤਾਂ ਗੱਡੀ ਜਿਹੜੀ ਅੰਦਰ ਨੂੰ ਆ ਜਾਂਦੀ ਹੈ ਜਿੱਦਾਂ ਖੜੀਆਂ ਸਾਰੀਆਂ। ਚੱਲ ਕਰਦੇ ਹਾਂ ਦਰਸ਼ਨ ਵੇਲੇ ਆਪ ਜੀ ਨੂੰ ਕਰਾਉਂਦੇ ਹਾਂ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਪਾਤਸ਼ਾਹ ਜੀ ਆਪ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਹੁਣ ਪਾਉਣ ਲੱਗੇ ਹਾਂ ਜੀ, ਚੱਲੇ ਅਸੀਂ ਗੁਰਦੁਆਰਾ ਜੋਸ਼ੀਮਠ ਤੋਂ, ਤੇ ਹੁਣ ਸਾਨੂੰ ਲੱਗ ਰਹੀ ਹੈ ਪਿਆਸ ਤੇ ਨਾਲ ਭੁੱਖ, ਤੇ ਅਸੀਂ ਦੋਨਾਂ ਦਾ ਕੰਮ ਕਰਨਾ। ਹੁਣ ਦੇਖਦੇ ਹਾਂ ਸਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਹੈਨਾ। ਉਹ ਡੈਡੀ ਦਾ ਫੋਨ ਆ ਗਿਆ, ਡੈਡੀ ਦਾ ਫੋਨ ਆ ਗਿਆ ਸੀਗਾ ਹੁਣੀ ਵੀਡੀਓ ਬਣਾਉਂਦੇ ਹੀ ਡੈਡੀ ਪੁੱਛਦੇ ਸੀ ਨਿਕਲ ਗਿਆ। ਮੈਂ ਕਿਹਾ ਹਾਂਜੀ ਡੈਡੀ ਨਿਕਲ ਗਿਆ, ਤੇ ਡੈਡੀ ਕਹਿ ਰਹੇ ਨੇ ਦੇਖ ਲੈ। ਮੈਂ ਕਿਹਾ ਦਿੱਲੀ ਪਹੁੰਚਾਂਗੇ ਸਿੱਧਾ। ਡੈਡੀ ਕਹਿੰਦੇ ਕੋਈ ਨਾ ਤੂੰ ਰੁੱਕ ਕੇ ਆ, ਰਾਤ ਦਾ ਪੜਾਅ ਜਿਹੜਾ ਰਿਸ਼ੀਕੇਸ਼ ਲਾ ਲੈ ਤੇ ਸਵੇਰੇ ਦਿੱਲੀ ਆ ਜਾ, ਦੇਖਦੇ ਹਾਂ ਆਪਣਾ ਕੀ ਪੈਰਾ ਬਣੂਗਾ, ਦਿੱਲੀ ਜਾਂ ਰਿਸ਼ੀਕੇਸ਼ ਹੈਨਾ, ਜਿੱਦਾਂ ਵੀ ਲੱਗਦਾ। ਪਰ ਹਾਲੇ ਭਾਜੀ ਗਏ ਆ ਸਾਡੇ ਪੰਜਾਬ ਵਾਲੇ ਜਿਹੜੇ ਫਤਿਹਗੜ੍ਹ ਸਾਹਿਬ ਵਾਲੇ ਆ, ਅੱਗੇ ਕੋਈ ਲੱਭਣ ਗਏ ਆ, ਹੁਣ ਕੀ ਖਾਣ ਨੂੰ ਮਿਲਦਾ ਦੇਖਦੇ ਹਾਂ। ਉਹ ਬੱਲੇ 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 ਹਵਾ। ਹਾਂਜੀ ਤੇ ਆਪਾਂ ਹੁਣ ਰੁਕ ਗਏ ਹਾਂ ਕੁਝ ਨਾਸ਼ਤਾ ਪਾਣੀ ਕਰਨ ਵਾਸਤੇ, ਸਾਨੂੰ ਲੱਗ ਰਹੀ ਹੈ ਭੁੱਖ ਕਿਉਂਕਿ ਆਪਾਂ ਨਾ ਕੁਝ ਖਾ ਪੀ ਕੇ ਨਿਕਲੇ ਨਹੀਂ। ਕੋਸ਼ਿਸ਼ ਸਾਡੀ ਇਹ ਸੀਗੀ ਤੇ ਅਸੀਂ 40-50 ਕਿਲੋਮੀਟਰ ਨਿਕਲ ਕੇ ਫਿਰ ਕੁਛ ਛਕਾਂਗੇ, ਤੇ ਇੱਥੇ ਆਪਣਾ ਆ ਗਿਆ ਕੈਫੇ ਬਰੋ ਕਰਕੇ ਨਾਮ ਦਾ ਇੱਕ ਕੈਫੇ ਹੈ, ਤੇ ਉੱਥੇ ਆਪਾਂ ਹੁਣ ਕੁਝ ਖਾਣ ਪੀਣ ਚੱਲਦੇ ਹਾਂ। ਸਾਹਮਣੇ ਦੇਖਦੇ ਹਾਂ ਕੀ ਮਿਲੇਗਾ ਸਾਨੂੰ ਖਾਣ ਲਈ, ਚੱਲਦੇ ਹਾਂ ਤੇ ਖਾਂਦੇ ਪੀਂਦੇ ਆ ਜਾਓ। ਆ ਗਏ ਜੀ ਆਪਣੇ ਮਸਾਲੇ ਡੋਸੇ ਅਤੇ ਨਾਲ ਭਾਅ ਜੀ ਹੋਰ ਕੁਛ ਵੀ ਲੈਣ ਗਏ ਆ। ਆਪਾਂ ਬੈਠ ਗਏ ਹਾਂ ਖਾਣ ਪੀਣ ਲਈ, ਉਹ ਕਿੱਧਰ ਗਏ ਥਾਲੀ ਨਹੀਂ ਆਈ ਤੁਹਾਡੀ ਥਾਲੀ ਹੈ, ਡੋਸਾ ਹੀ ਹੈ ਕਿਉਂ ਥਾਲੀ ਕਿਉਂ ਨਹੀਂ, ਕਿਹੜੀ ਸਬਜ਼ੀਆਂ ਸੀ ਤੇ ਇੱਥੇ ਤਾਂ ਸਾਂਬਰ ਵੀ ਨਹੀਂ ਸਮਝ ਆ ਰਿਹਾ ਮੈਨੂੰ। ਚਲੋ ਛਕਦੇ ਹੈ, ਹੁਣ ਸਾਡੀ ਪਲੈਨਿੰਗ ਹੈ ਜੀ ਸਿੱਧਾ ਸ਼੍ਰੀਨਗਰ ਵਗੈਰਾ ਪਾਰ ਕਰਾਂਗੇ ਤੇ ਰਿਸ਼ੀਕੇਸ਼ ਰੁਕਾਂਗੇ। ਅਗਰ ਉਸ ਤੋਂ ਪਹਿਲੇ ਕੋਈ ਹੋਇਆ ਆਪਣਾ ਪੜਾ
ਤੇ ਲਾਵਾਂਗੇ, ਨਹੀਂ ਤੇ ਹੁਣ ਖਿੱਚਮ ਖਿੱਚ ਰੱਖਾਂਗੇ ਆਪਣੀ ਗੱਡੀ। ਠੀਕ ਹੈ ਜੀ, ਤੇ ਮਿਲਦੇ ਹਾਂ ਹੁਣ ਤੁਹਾਨੂੰ ਰਾਤ ਨੂੰ। ਲਾਡੋ ਫਸਵਾ ਤੀ ਸਾਡੀਆਂ ਨੇ, ਅੰਦਰ ਲਾ ਦੋ ਅੰਦਰ ਲਾ ਦੋ, ਪਤਾ ਨੀ ਕਿੱਥੇ ਚੜਵਾ ਤੀ ਆ। ਚਲੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜਕਾਰੇ ਜਾਵੇ, ਨਿਹਾਲ ਹੋ ਜਾਵੇ, ਕਲਗੀ ਧਰ ਪਾਤਸ਼ਾਹ ਜੀ ਨੂੰ ਭਾਵੇ, ਸਤਿ ਸ੍ਰੀ ਅਕਾਲ ਭਾਈ। ਮੌਸਮ ਹੋ ਗਿਆ ਬਹੁਤ ਸੋਹਣਾ, ਹੁਣੀ ਨਾ ਪਿੱਛੇ ਬਰਸਾਤ ਪਈ ਸੀ ਹਲਕੀ ਹਲਕੀ, ਮੈਂ ਫੋਨ ਫੂਨ ਰੱਖ ਲਿਆ ਸੀ ਅੰਦਰ ਤੇ ਰੁਕੇ ਤੇ ਨੀ, ਆਪਾਂ ਚਲਦੇ ਚਲਦੇ ਹੀ ਫੋਨ ਜੇਬ ਚ ਰੱਖ ਲਿਆ ਸੀਗਾ। ਮੈਂ ਕਿਹਾ ਕਿਚਨ ਵਿੱਚ ਰੱਖੀਏ ਭਾਈ, ਕਿਆ ਵਿਊ ਆ ਯਾਰ ਸਾਹਮਣੇ ਦਾ ਨਜ਼ਾਰੇ ਦਾ। ਹਾਂਜੀ 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 ਹਾਂਜੀ, ਤੇ ਤੁਸੀਂ ਦਿੱਲੀ ਰਹਿੰਦੇ ਹੋ? ਅੱਛਾ ਅੱਛਾ, ਤੇ ਮੈਨੂੰ ਪਛਾਣ ਲਿਆ ਤੁਸੀਂ? ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ। ਅੱਛਾ ਠੀਕ ਹੈ, ਹੋਰ ਵਧੀਆ ਭਾਜੀ ਆ, ਥੈਂਕ ਯੂ। ਹੋਰ ਕੋਈ ਸੇਵਾ ਸਾਡੇ ਜੋਗੀ? ਇਕੱਲੇ ਨਿਕਲੇ ਹੋ? ਅੱਛਾ ਅੱਗੇ ਗਏ ਆ ਵੱਡੀ ਵੱਡੀ ਬਾਈਕਾਂ ਦੀ, ਠੀਕ ਹੈ ਠੀਕ ਹੈ। ਓਹੋ ਹੋ ਹੋ, ਮੈਨੂੰ ਨਾ ਹੁਣੀ ਇੱਕ ਭਾਜੀ ਮਿਲੇ, ਇੱਕ ਰਾਈਡਰ ਸੀਗੇ, ਕਾਫੀ ਸਾਰੀ ਬਾਈਕਾਂ ਜਾ ਰਹੀਆਂ ਸੀ ਮੈਂ ਦੇਖ ਰਿਹਾ ਸੀਗਾ, ਫਿਰ ਲਾਸਟ ਭਾਜੀ ਸੀਗੇ ਉਹ ਨਿਕਲੇ, ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਰੁਕਿਆ, ਉਹ ਮੈਨੂੰ ਮਿਲ ਕੇ ਗਏ, ਉਹਨਾਂ ਨੇ ਮੇਰੇ ਵਲੌਗ ਵਗੈਰਾ ਦੇਖੇ ਹੋਣੇ ਆ, ਤੇ ਦਿੱਲੀ ਦੇ ਹੀ ਭਾਜੀ ਸੀਗੇ, ਮੈਂ ਪਹਿਲੀ ਵਾਰ ਉਹਨਾਂ ਨੂੰ ਫਸਟ ਟਾਈਮ ਮਿਲਿਆ ਵਾਂ, ਪਰ ਭਾਜੀ ਨੇ ਮੈਨੂੰ ਪਛਾਣਿਆ, ਪਤਾ ਨਹੀਂ ਕਿੱਦਾਂ, ਕਹਿੰਦੇ ਮੈਂ ਤੁਹਾਡੇ ਦੁਮਾਲੇ ਨਾਲ ਪਛਾਣਿਆ, ਤੁਸੀਂ ਗੋਗੀ ਭਾਜੀ ਦੇ ਨਾਲ ਹੁੰਦੇ ਹੋ, ਗੋਗੀ ਭਾਜੀ ਤੁਸੀਂ ਫੇਮਸ ਹੋ ਰਹੇ ਹੋ, ਤੇ ਉਹ ਗੋਗੀ ਭਾਜੀ ਨੂੰ ਜਾਣਦੇ ਸੀਗੇ, ਗੋਗੀ ਭਾਜੀ ਸਿਸਟਰ ਨੂੰ ਜਾਣਦੇ ਸੀ, ਉਹਨਾਂ ਨਾਲ ਜੋਬ ਕਰਦੇ ਸੀਗੇ, ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਮੈਂ ਰੁਕਿਆ, ਤੇ ਹੁਣੀ ਹੁਣੀ ਜਿਨ੍ਹਾਂ ਨੂੰ ਮੈਂ ਵੀਡੀਓਜ਼ ਦਿਖਾਇਆ ਉਹ ਮੈਨੂੰ ਮਿਲ ਕੇ ਗਏ, ਮਤਲਬ ਯਾਰ ਇੰਨਾ ਪਿਆਰ ਤੁਸੀਂ ਮੈਨੂੰ ਦੇ ਰਹੇ ਹੋ, ਇੰਨੀ ਖੁਸ਼ੀ ਮੈਨੂੰ ਹੋਈ ਹੈ ਕਿ ਅੱਜ ਮੈਨੂੰ ਕੋਈ ਮੋਟੋ ਵਲੌਗਿੰਗ ਵਾਲਾ ਬੰਦਾ, ਮਤਲਬ ਆਪਣੇ ਭਾਜੀ, ਉਹ ਮੈਨੂੰ ਮਿਲ ਕੇ ਗਏ, ਉਹ ਕਹਿੰਦੇ ਵਲੌਗ ਵਗੈਰਾ ਅੱਛੇ ਲੱਗਦੇ ਆ। ਬਾਕੀ ਉਹਨਾਂ ਨੇ ਹੇਮਕੁੰਟ ਸਾਹਿਬ ਦੀ ਡਿਟੇਲ ਲਿੱਤੀ ਮੇਰੇ ਤੋਂ ਸਾਰੀ, ਕਿੱਦਾਂ ਦਾ ਉੱਪਰ ਵੈਦਰ ਹੈ ਕੀ ਹੈ ਨਾ, ਤੇ ਭਾਜੀ ਥੈਂਕਸ। ਬਾਕੀ ਆਪਾਂ ਬਹੁਤ ਜਲਦੀ ਜਲਦੀ ਮਿਲੇ ਹਾਂ, ਆਪਾਂ ਤੁਹਾਨੂੰ ਨਾ ਦਿੱਲੀ ਜ਼ਰੂਰ ਮਿਲਾਂਗੇ, ਮੈਂ ਪਤਾ ਕਰਾਂਗਾ ਦੀਦੀ ਤੋਂ, ਤੇ ਤੁਹਾਨੂੰ ਮਿਲਾਂਗੇ, ਨੰਬਰ ਉਮਰ ਤੁਹਾਡੇ ਤੋਂ ਲੈ ਕੇ ਗੱਲਬਾਤ ਕਰਾਂਗੇ, ਠੀਕ ਹੈ, ਜ਼ਰੂਰ ਮਿਲਾਂਗੇ ਭਾਜੀ। ਯਾਰ ਥੋੜ੍ਹਾ ਟਾਈਮ ਘੱਟ ਸੀਗਾ ਤੁਹਾਨੂੰ, ਮੇਰੇ ਕੋਲ ਤਾਂ ਸੀਗਾ, ਮੈਂ ਤਾਂ ਕਿਉਂਕਿ ਦਰਸ਼ਨ ਵੇਲੇ ਕਰਕੇ ਆਪਣਾ ਆ ਗਿਆ ਵਾਂ, ਘਰ ਹੀ ਜਾ ਰਿਹਾ ਸੀਗਾ, ਪਰ ਭਾਜੀ ਕੋਲ ਟਾਈਮ ਘੱਟ ਸੀਗਾ, ਆਪਾਂ ਫ੍ਰੀ ਟਾਈਮ ਭਾਜੀ ਨਾਲ ਮਿਲਾਂਗੇ, ਜ਼ਰੂਰ ਗੱਲਬਾਤ ਕਰਾਂਗੇ, ਹੈ ਨਾ। ਕਿੱਥੇ ਨਿਕਲ ਗਏ, ਨਜ਼ਰ ਹੀ ਨਹੀਂ ਆ ਰਹੇ ਭਾਈ, ਆ ਗਈ 60, ਆ ਗਈ 80, ਆ ਗਿਆ ਬ੍ਰੇਕ। ਯਾਤਰਾ ਸ਼ੁਰੂ ਕੀਤੀ ਤੂੰ? ਅੱਛਾ ਰਿਸ਼ੀਕੇਸ਼ ਤੋਂ ਸ਼ੁਰੂ ਕੀਤੀ ਹੈ ਜੀ, ਚੜ੍ਹਦੀ ਕਲਾ ਬਾਬਾ ਜੀ। ਹੋਰ ਜੀ ਕੋਈ ਸੇਵਾ ਜੀ? ਚੜ੍ਹਦੀ ਕਲਾ ਜੀ, ਮਹਾਰਾਜ ਕਿਰਪਾ ਕਰਨ। ਹਾਂਜੀ ਹਾਂਜੀ ਬਾਬਾ ਜੀ, ਬਸ ਆਓ ਜੀ, ਜਾਈ ਰਹੇ ਮਹਾਰਾਜ ਕਰ ਦਰਸ਼ਨ ਜੀ, ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਬਾਈ ਫੌਜਾਂ ਅੰਮ੍ਰਿਤਸਰ ਤੋਂ ਆਈਆਂ ਨੇ ਰਿਸ਼ੀਕੇਸ਼, ਰਿਸ਼ੀਕੇਸ਼ ਤੋਂ ਪੈਦਲ ਯਾਤਰਾ ਜਿਹੜੀਆਂ ਫੌਜਾਂ ਕਰ ਰਹੀਆਂ ਨੇ ਜੀ,
ਚੜ੍ਹਦੀ ਕਲਾ ਮਹਾਰਾਜ ਤਗੜੇ ਪਿਆਰੇ ਬਖਸ਼ਣ। ਪਿਛਲੇ ਸਾਲ ਕਹਿੰਦੇ ਡੇਢ ਮਹੀਨਾ ਲੱਗ ਗਿਆ ਸੀਗਾ, ਸਵਾਇਆ ਸਵਾਇਆ ਕਰਕੇ ਚੱਲਦੇ ਹੋਣਗੇ। ਚਲੋ ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰਨ, ਹੋ ਜਾਣ ਬਸ ਆਸ਼ੀਰਵਾਦ ਦੇਈ ਜਾਣ ਸਾਨੂੰ ਤੇ। ਹਾਂਜੀ ਭਾਈ, ਰਿਸ਼ੀਕੇਸ਼ ਤੋਂ ਹਾਲੇ 30 ਕਿਲੋਮੀਟਰ ਪਿੱਛੇ ਆ ਔਰ ਇੱਥੇ ਪੈ ਗਈ ਹੈ ਬਹੁਤ ਜ਼ਿਆਦਾ ਬਰਸਾਤ। ਮੇਰੇ ਪਿੱਛੇ ਦੇਖ ਸਕਦੇ ਹੋ ਸਾਰੀ ਬਰਸਾਤ ਪੈ ਰਹੀ ਹੈ ਤੇ ਰੁਕਣਾ ਪੈ ਗਿਆ। ਔਰ ਬਾਈ ਹੁਣ 3 ਕਿਲੋਮੀਟਰ ਪਿੱਛੇ ਹੈ ਮੇਰੇ ਤੋਂ। ਮੈਂ ਥੋੜ੍ਹਾ ਜਿਹਾ ਤੇਜ਼ ਸੀਗਾ ਅਤੇ ਮੈਨੂੰ ATM 'ਚ ਪੈਸੇ ਵੀ ਕਢਾਉਣੇ ਸੀਗੇ, ਮੈਂ ATM ਰੁਕਿਆ ਵਾਂ, ਇੰਨੇ 'ਚ ਹੀ ਮੀਂਹ ਪੈ ਗਿਆ। ਹੁਣ ਉਹ ਪਿੱਛੇ ਰੁਕੇ ਹੋਏ ਆ, ਆਪਾਂ ਇੱਥੇ ਰੁਕ ਗਏ ਹਾਂ। ਬਾਈ ਮੌਸਮ ਇੰਨਾ ਸ਼ਾਨਦਾਰ ਹੋ ਰਿਹਾ ਨਾ ਪਹਾੜਾਂ ਦਾ, ਔਰ ਬਰਸਾਤ ਪੈ ਗਈ ਹੈ। ਅਸੀਂ ਸੋਚ ਰਹੇ ਸੀ ਨਾ ਪਏ ਨਾ ਪਏ ਨਾ ਪਏ, ਪਰ ਪੈ ਗਈ ਹੈ, ਪੈਣੀ ਨਹੀਂ ਚਾਹੀਦੀ ਸੀ। ਅਤੇ ਗੱਲ ਕੀ ਹੈ ਹੁਣ ਕੀ ਹੋ ਗਿਆ, ਫਸ ਗਏ ਆਪਾਂ। ਹੁਣ ਬਰਸਾਤ ਕਿੰਨੀ ਦੇਰ ਤੱਕ ਆਏਗੀ, ਕਿੰਨੀ ਦੇਰ ਤੱਕ ਨਹੀਂ ਆਏਗੀ, ਤੇ ਵੇਟ ਕਰਨਾ ਪਏਗਾ ਸਾਨੂੰ। ਆਈਏ ਉਹਨਾਂ ਦੇ ਨਾਲ ਖੜੇ ਹੁੰਦੇ ਆ, ਉੱਥੇ ਗੱਲਬਾਤ ਕਰਾਂਗੇ, ਇਕੱਲੇ ਕੀ ਕਰਾਂਗੇ, ਹੈ ਨਾ। 3 ਕਿਲੋਮੀਟਰ ਅੱਗੇ ਆ ਮੇਰੇ ਤੋਂ, ਆ ਜਾਓ ਬਾਈ, ਚੱਲ ਚੱਲ ਚੱਲ। ਅਤੇ ਆਪਾਂ ਪਹਾੜ ਦੇ ਬਰਸਾਤ ਦੇ ਮਜ਼ੇ ਵੀ ਤਾਂ ਲੈਣੇ ਆ। ਅਕਾਲ ਓਏ ਹੋਏ ਹੋਏ, ਆ ਖੜੀ ਆਪਣੀ ਲਾਡੋ ਰਾਣੀ ਬਰਸਾਤ ਦੇ ਮਜ਼ੇ ਲੈਂਦੀ ਹੋਈ, ਅਤੇ ਸਾਡੇ ਸੋਨੂੰ ਭਾਅ ਜੀ ਅਤੇ ਭਾਅ ਜੀ ਨਾਲ ਫਤਿਹਗੜ੍ਹ ਸਾਹਿਬ ਵਾਲੇ ਆ ਰਹੇ। ਇਹਨਾਂ ਨੇ ਤਾਂ ਵਧੀਆ ਆਪਣੀ ਟੈਂਟ ਉਹਦੇ ਛੱਤ ਦੇ ਥੱਲੇ ਬਾਈਕਾਂ ਖੜੀਆਂ ਕਰ ਲਈਆਂ ਸੀ, ਹੈਂ ਵਧੀਆ ਭਾਅ ਜੀ ਵਧੀਆ। ਮੇਰੀ ਤਾਂ ਲਾਡੋ ਨਹਾ ਲਈ ਪੂਰਾ, ਲਾਡੋ ਰਾਣੀ ਨਹਾ ਲਈ। ਹਾਂ ਮੈਂ ਸ਼ੁਕਰ ਹੈ ਥੈਲੀ ਜੀ ਬੰਨ ਲਈ ਸੀ, ਮੈਨੂੰ ਬੈਗ ਦੀ ਟੈਂਸ਼ਨ ਨਹੀਂ ਸੀ ਫਿਰ, ਹੈ ਨਾ। ਥੋੜ੍ਹੀ ਥੋੜ੍ਹੀ ਬਰਸਾਤ ਹਾਲੇ ਆ ਰਹੀ ਆ ਅਤੇ ਅਸੀਂ ਚਾਲੇ ਪਾਉਣ ਲੱਗੇ ਹਾਂ ਆਰਾਮ ਆਰਾਮ ਨਾਲ, ਕਿਉਂਕਿ ਅੱਜ ਆਪਾਂ ਕੋਸ਼ਿਸ਼ ਕਰਨੀ ਹੈ ਕਿ ਰਿਸ਼ੀਕੇਸ਼ ਸਟੇ ਮਾਰੀਏ ਰਾਤ ਦਾ। ਹਾਂਜੀ ਹੁਣ ਮੈਂ ਪਹੁੰਚ ਗਿਆ ਜੀ ਸ਼੍ਰੀਨਗਰ, ਅਤੇ ਆਪਾਂ ਸ਼੍ਰੀਨਗਰ ਖੜ੍ਹੇ ਹਾਂ ਪੈਟਰੋਲ ਪੰਪ, ਅਤੇ ਇਹ ਮੇਰੇ ਪਿੱਛੇ ਸ਼੍ਰੀਨਗਰ ਇੱਥੇ ਗਲੀ ਉਤਰਦੀ ਹੈ, ਅਤੇ ਬੈਕ ਸਾਈਡ 'ਤੇ ਹੀ ਗੁਰਦੁਆਰਾ ਸਾਹਿਬ ਹੈ ਜਿਹੜੇ ਆਪਾਂ ਜਾਂਦੇ ਹੋਏ ਤੁਹਾਨੂੰ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਏ ਸੀਗੇ। ਅਤੇ ਹੁਣ ਬਾਈ ਆਪਣੀ ਗੱਡੀਆਂ ਦੇ ਹਾਲਤ ਦਿਖਾਉਂਦਾ ਤੁਹਾਨੂੰ, ਬਰਸਾਤ ਦੇ ਅੰਦਰ ਅਸਲੀ ਟਰੈਵਲਿੰਗ ਹੋਈ ਗਈ ਹੈ ਸਾਡੀ। ਆਪਣੇ ਕੋਲ ਪਹਿਲੇ ਤਾਂ ਸੋਨੂੰ ਬਾਈ ਦੀ ਗੱਡੀ ਦੇਖੋ ਕਿੱਥੇ ਕਿੱਥੇ ਤੱਕ ਚਿੱਟਿਆ ਆ ਦੇਖੋ, ਫਿਰ ਆ ਦੇਖੋ ਆਪਣੀ ਲਾਡੋ ਰਾਣੀ, ਲਾਡੋ ਰਾਣੀ ਦੇ ਪੂਰੀ ਚਿੱਟੀ ਚਿੱਟੀ ਹੋਈ ਪਈ ਹੈ ਸਾਰੀ, ਬੁਰਾ ਹਾਲ ਹੋਇਆ ਪਿਆ ਬਾਈ। ਓਇਲਿੰਗ ਕਰਾਉਣੀ ਪਏਗੀ ਚੈਨ ਦੀ, ਆਵਾਜ਼ ਆ ਰਹੀ ਹੈ ਚੈਨ 'ਚੋਂ ਬਹੁਤ ਜ਼ਿਆਦਾ। ਆ ਦੇਖੋ ਬਾਈ ਬਹੁਤ ਬੁਰਾ ਹਾਲ ਹੋਇਆ ਪਿਆ, ਬੂਟ ਬੂਟ ਦੇਖੋ ਬੂਟ, ਆਹ ਚੈੱਕ ਕਰ ਬੂਟ, ਬਹੁਤ ਜ਼ਿਆਦਾ ਐਵੇਂ ਲੱਗ ਰਿਹਾ ਮਿਸਤਰੀ ਬਣ ਗਏ ਮਿਸਤਰੀ। ਓਏ ਯਾਰ ਸੱਚੀ ਬੜਾ ਬੁਰਾ ਹਾਲ ਹੋਇਆ ਪਿਆ ਯਾਰ। ਆਪਣੀ ਲਾਡੋ 'ਚ ਹੋ ਗਿਆ ਪੈਟਰੋਲ ਫੁੱਲ, ਤੇ ਪਾਉਂਦੇ ਆ ਚੱਲ ATM 'ਚੋਂ ਪੈਸੇ ਕਢਾਈਏ, ਤੇ ਨਾਲੇ ਕੁਝ ਛੱਕ ਲਈਏ। ਹਾਂ ਹਾਂ ATM ਆ ਗਿਆ ਯਾਰ, ਬਾਬਾ ATM ਪੈਸੇ ਕਢਾ ਯਾਰ। ਆ ਜਾ ਪਹਿਲੇ ਦੱਸ ਤੇਰੇ ਪੈਸੇ ਕਿੰਨੇ ਦੇਣੇ ਮੈਂ, 501 401 900 ਹੈਲੋ ਅਜੀਤ ਬਣਵਾ ਲਈਏ, ਮਸੰਮੀ ਵਾਲਾ ਪੀ ਹੋ ਗਿਆ ਨਾ, ਹੈ 2500 ਮੇਰੇ 2500 ਕਢਾ ਦੇ। ਹਾਂ ਕਿੰਨੇ ਦਾ ਗਲਾਸ ਹੈ, ਹੈ 60 ਰੁਪਏ ਕਾ ਬਣਾ ਦੇਣਾ 3 ਗਲਾਸ। ਹਾਂਜੀ
ਉਹ ਗਏ ਬਈ ਪੈਟਰੋਲ ਪਾਉਣ, ਮੈਂ ਸਾਨੂੰ ਇੱਕ ਜੀ ਦਿਖਾਵਾ, ਮੇਰੇ ਬੂਟ ਵਿੱਚ ਨਾ ਪਾਣੀ ਭਰਿਆ ਹੋਇਆ, ਆਹ ਦੇਖੋ ਮੇਰੇ ਬੂਟ 'ਚ ਪਾਣੀ ਭਰ ਗਿਆ ਸਾਰਾ, ਉਹ ਦੇਖ ਅਵੇ ਹਾਂ ਸਾਰੇ ਬੂਟ ਗਿੱਲੇ ਹੋਏ ਆ, ਓ ਮਾਈ ਗੋਡ, ਓ ਮਾਈ ਗੋਡ, ਬਹੁਤ ਜ਼ਿਆਦਾ ਦੂਰ ਸੀ, ਅੱਛਾ ਪਤਾ ਨੀ ਕੀ ਹੈ ਕੈਸ਼ ਕਿਉਂ ਨੀ ਆਇਆ, ਉਹ ਕਿੱਥੇ ਕਵਰ ਦਿੱਤਾ ਸੀਗਾ, ਆਇਆ ਜੂਸ ਫੜੋ ਜੂਸ ਬਣ ਗਿਆ ਤੁਹਾਡਾ, ਆਪਾਂ ਕਰਦੇ ਹਾਂ ਜੀ ਚੱਲ ਅੱਗੇ ਨੂੰ ਪਾਉਂਦੇ ਹਾਂ ਰਿਸ਼ੀਕੇਸ਼ ਤੋਂ, ਕਿਰਪਾ ਕਰਿਓ ਪਾਤਸ਼ਾਹ ਜੀਓ, ਜਿਹੜਾ ਹੁਣ ਨਾ ਸ਼੍ਰੀਨਗਰ ਤੋਂ ਬੈਗ ਬੰਨਿਆ ਯਾਰ, ਜਿਹੜਾ ਸ਼੍ਰੀਨਗਰ ਤੋਂ ਰਿਸ਼ੀਕੇਸ਼ ਦਾ ਰਸਤਾ ਹੈ ਨਾ, ਉਹ ਸਾਡਾ ਜ਼ਿਆਦਾ ਨਹੀਂ ਹੈ, ਉਹ ਜ਼ਿਆਦਾ ਟਫ ਨਹੀਂ ਹੈ, ਟਫ ਕਿਉਂ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਵਾਂ, ਕਿਉਂਕਿ ਇਹ ਬਹੁਤ ਵਧੀਆ ਰੋਡ ਜਿਹੜਾ ਨਾ ਸ਼੍ਰੀਨਗਰ ਤੋਂ ਰਿਸ਼ੀਕੇਸ਼ ਦਾ ਰੋਡ ਬਹੁਤ ਸੋਹਣਾ ਬਣਾਇਆ ਹੋਇਆ, ਸੋਨੂੰ ਹੋਣਾ ਪਿੱਛੇ ਫਸੇ ਪਏ ਆ, ਉਹ ਕਹਿੰਦੇ ਭਾਅ ਜੀ ਕੀ ਕਰੀਏ, ਮੈਂ ਕਿਹਾ ਬਸ ਆਈ ਜਾਓ ਜਿੱਥੋਂ ਜਗ੍ਹਾ ਮਿਲ ਰਹੀ ਹੈ, ਮੈਂ ਤੇ ਇੱਦਾਂ ਹੀ ਲਿਆਇਆ ਸਾਰੀ ਜਗ੍ਹਾ ਤੋਂ ਕੱਢ ਕੱਢ ਕੇ ਕੱਢ ਕੱਢ ਕੇ, ਬੜਾ ਬੁਰਾ ਹਾਲ ਹੈ ਬਾਈ ਬੜਾ ਬੁਰਾ ਹਾਲ ਹੈ, ਗੁਰਦੁਆਰੇ ਪਹੁੰਚੀਏ ਫਟਾਫਟ, ਇੱਥੇ ਥੱਕੇ ਪਏ ਹਾਂ, ਉੱਪਰੋਂ ਜਾਮ ਨੇ ਮਾਰਤਾ, ਜਾਮ ਨਾ ਬੰਦਾ ਨਾ ਵਧੀਆ ਰਹਿੰਦਾ, ਦੇਖ ਰਹੇ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ, ਹਾਂਜੀ ਕੀ ਹਾਲ ਚਾਲ, ਅਤੇ ਇੱਥੇ ਹੋ ਰਿਹਾ ਹੈ ਆਰਾਮ, ਭਾਅ ਜੀ ਹੋਣਾ ਗਏ ਨੇ ਕਮਰਾ ਲੈਣ ਲਈ, ਕਮਰਾ ਮੈਨੂੰ ਲੱਗਦਾ ਨਹੀਂ ਅੱਜ ਮਿਲੇਗਾ ਕਿਉਂਕਿ ਸੰਗਤ ਵਾਹਵਾ ਹੈਗੀ ਇੱਥੇ, ਅਤੇ ਦੇਖਦੇ ਹਾਂ ਕੀ ਲੈ ਕੇ ਆਉਣਗੇ ਕੀ ਨਹੀਂ ਲੈ ਕੇ ਆਉਣਗੇ ਹੈ ਨਾ, ਬਾਕੀ ਮੈਂ ਥੱਕ ਗਿਆ ਸੀ ਬਹੁਤ ਜ਼ਿਆਦਾ, ਮੈਂ ਕਿਹਾ ਜਦੋਂ ਤੱਕ ਆਪਾਂ ਬੈਂਚ ਦੇ ਲੰਬੇ ਬਹਿ ਜਾਈਏ, ਓਹੋ ਬਹੁਤ ਗਰਮੀ ਆ ਰਿਸ਼ੀਕੇਸ਼ ਅਤੇ ਉੱਪਰ ਤੁਰਤੇ ਤੇ ਇੰਨੀ ਠੰਡ ਸੀਗੀ ਬਰਫ਼ ਸੀ, ਅਤੇ ਰਿਸ਼ੀਕੇਸ਼ ਤੇ ਬੜੀ ਗਰਮੀ ਜੀ ਹੋਈ ਪਈ ਆ, ਪੂਰੀ ਪੂਰੀ ਗਰਮੀ ਆ, ਦੇਖੋ ਕੀ ਮਿਲਦਾ ਕੀ ਕੱਢਦੇ ਹਾਂ, ਆਰਾਮ ਕਰਾਂਗੇ, ਬਹੁਤ ਥੱਕ ਗਏ ਅੱਜ ਕਿਉਂਕਿ ਆਪਾਂ ਪਹਿਲੇ ਚੜ੍ਹਾਈ ਵੀ ਉਤਰੇ ਸਾਰੀ ਹੈ ਨਾ, ਫਿਰ ਉਹਦੇ ਬਾਅਦ ਆਪਾਂ ਬਾਈਕ ਵਗੈਰਾ ਚੱਕ ਕੇ ਫਿਰ ਸਾਰੀ ਬਾਈਕ ਚਲਾਈ, ਇੱਕ ਤਾਂ ਨਾ ਸਾਨੂੰ ਬਰਸਾਤ ਨੇ ਪਰੇਸ਼ਾਨ ਕਰਤਾ, ਬਰਸਾਤ ਨੇ ਤਾਂ ਟਾਈਮ ਵੀ ਖਰਾਬ ਕਰਤਾ, 2 ਘੰਟੇ ਸਾਡੇ ਬਰਸਾਤ ਨੇ ਖਰਾਬ ਕਰਤੇ ਆ, ਹਾਂ ਮੇਰੇ ਬੂਟ ਵੀ ਉੱਧਰ ਪਏ ਆ, ਉਹ ਪਏ ਮੇਰੇ ਬੂਟ, ਉਹ ਪਏ ਮੈਂ ਮਾਰੇ ਗਿੱਲੇ ਹੋਏ ਪਏ ਆ, ਜੁਰਾਬਾਂ ਉਰਾਬਾਂ ਸਭ ਗਿੱਲੀਆਂ ਹੋਈਆਂ ਪਈਆਂ, ਭਾਅ ਜੀ ਹੁਣ ਆ ਜਾਣ ਯਾਰ, ਮਨ ਜਾ ਨਹੀਂ ਕਰ ਰਿਹਾ ਹੁਣ, ਮਨ ਕਰ ਰਿਹਾ ਬਸ ਸੋ ਜਾਓ ਸੋ ਜਾਓ।